ਇਹਦੇ ਵਿੱਚ ਨਿਸ਼ਾਨੀ ਹੈ ਵਾ ਜੀ ਫਾਸਟ ਫਾਸਟ ਆਰਟ ਜਿੱਥੇ ਆ ਜਾਣਾ ਵਾ ਉੱਥੇ ਤਿੰਨੋਂ ਠੀਕ ਨੇ। ਹੁਣ ਇਹਦੇ ਵਿੱਚ ਜੀ ਹੈਗੀ ਆ ਨਿਸ਼ਾਨੀ ਜਿਹੜੀ ਆਲਵੇਜ਼, ਆਲਵੇਜ਼ ਜਿੱਥੇ ਵੀ ਆਇਆ ਉਹ ਗਲਤ ਹੋਇਆ, ਅਤੇ ਇਸ ਲਈ ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਤੁਹਾਨੂੰ ਪਿੱਛੇ ਵੀ ਸਹੀ ਕਈ ਕਾਫੀ ਸਵਾਲਾਂ 'ਚ ਨਜ਼ਰ ਆਇਆ। ਇਹਦੇ ਵਿੱਚ ਬਾਏ ਪੁਸ਼ਿੰਗ ਗਲਤ ਹੈ, ਉਸ ਤੋਂ ਇਲਾਵਾ ਦੋਨੋਂ ਠੀਕ ਨੇ ਬਾਏ ਪੁਸ਼ਿੰਗ। ਇੱਥੇ ਜਿਹੜੇ ਨੇ ਯੂਜ਼ਿੰਗ ਪਬਲਿਕ, ਜਿੱਥੇ ਆ ਜਾਏ ਯੂਜ਼ਿੰਗ ਪਬਲਿਕ, ਉੱਥੇ ਤਿੰਨੋਂ ਠੀਕ ਨੇ। ਡਰਾਈਵਿੰਗ ਵਾਲੇ ਤਿੰਨੋਂ ਠੀਕ ਨੇ। ਬਾਏ ਵਾਲੇ ਤਿੰਨ ਨੇ। ਹੁਣ ਇਹ 'ਚ ਥੋੜ੍ਹਾ ਜਿਹਾ ਬੰਦਾ ਕਨਫਿਊਜ਼ ਹੋ ਜਾਂਦਾ ਵਾ, ਅਤੇ ਇਹਦੇ ਵਾਸਤੇ ਬਾਈ ਯੂਜ਼ਿੰਗ ਗਲਤ ਹੈ। ਬਾਈ ਯੂਜ਼ਿੰਗ ਵਾਲਾ ਜਿਹੜਾ ਉਹ ਗਲਤ ਹੈ, ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਇਹਦੇ ਵਿੱਚ ਹੈਵ ਵਾਲਾ ਜਿਹੜਾ ਵੇ ਗਲਤ ਹੈ, ਚੇਂਜ ਅਤੇ ਚੇਂਜ ਠੀਕ ਨੇ, ਹੈ ਨਾ। ਸੋਰੀ, ਹੈਵ ਜਿਹੜਾ ਉਹ ਠੀਕ ਹੈ, ਚੇਂਜ ਅਤੇ ਚੇਂਜ ਵਾਲੇ ਜਿਹੜੇ ਨੇ ਉਹ ਗਲਤ ਨੇ। ਕੈਨ ਜਿਹੜੀ ਜਿੱਥੇ ਵੀ ਆਇਆ ਗਲਤ ਆਇਆ, ਜਿੱਥੇ ਤਿੰਨ ਕੈਨ ਆਈਆਂ ਉੱਥੇ ਠੀਕ ਹੋਇਆ, ਅਤੇ ਇਸ ਲਈ ਇੱਥੇ ਵੀ ਕੈਨ ਜਿਹੜੀ ਉਹ ਗਲਤ ਹੈ, ਉਸ ਤੋਂ ਇਲਾਵਾ ਦੋਨੋਂ ਜਿਹੜੇ ਨੇ ਠੀਕ ਨੇ। ਇਫ ਫਿਰ ਆ ਗਿਆ, ਇਫ ਜਿਹੜਾ ਵਾ ਫਿਰ ਗਲਤ ਹੈ, ਜਿੱਥੇ ਤਿੰਨ ਇਫ ਆਉਣ ਉੱਥੇ ਠੀਕ ਹੈ, ਇਕੱਲਾ ਇਫ ਜਿਹੜਾ ਵਾ ਜਿੱਥੇ ਆਇਆ ਦੇ ਨਾਲ ਆਇਆ ਸਿਰਫ ਉੱਥੇ ਠੀਕ, ਉਸ ਤੋਂ ਇਲਾਵਾ ਇਕੱਲਾ ਇਫ ਇਹਦੇ ਨਾਲ ਆਇਆ ਨਹੀਂ, ਤਾਂ ਇਸ ਲਈ ਗਲਤ ਆ। ਰਾਊਂਡ ਗਲਤ ਆ, ਹਾਂ, ਜਿੱਥੇ ਅਰਾਊਂਡ ਦਾ ਲਫਾਜ਼ ਆ ਗਿਆ ਅੱਗੇ ਦੋ ਤਿੰਨ ਸਵਾਲਾਂ ਚਾਹੇਗਾ, ਉਹ ਵੀ ਉੱਥੇ ਉਹ ਗਲਤ ਨੇ, ਇਸ ਲਈ ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਹੁਣ ਇਹ ਦੇਖੋ ਫਿਰ ਆ ਗਿਆ ਅਰਾਊਂਡ, ਅਤੇ ਇੱਥੇ ਵੀ ਗਲਤ ਆ, ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਹੁਣ ਇਹਦੇ ਵਿੱਚ ਆਲ ਮੋਟਰ ਗਲਤ ਆ, ਉਸ ਤੋਂ ਇਲਾਵਾ ਦੋਨੋਂ ਜਿਹੜੇ ਠੀਕ ਨੇ, ਐਂਬੂਲੈਂਸ ਅਤੇ ਐਗਰੀਕਲਚਰ ਟਰੈਕਟਰ ਇਹ ਠੀਕ ਨੇ। ਜਿੱਥੇ ਹੈਗਾ ਵਾ ਸਟਾਪਿੰਗ ਐਟ ਇੰਟਰਸੈਕਸ਼ਨ, ਸਟਾਪ ਸਾਈਨ, ਇਹ ਗਲਤ ਆ, ਉਸ ਤੋਂ ਇਲਾਵਾ ਜਿਹੜੇ ਬਾਕੀ ਦੋਨੋਂ ਨੇ ਉਹ ਠੀਕ ਨੇ। ਸੀ ਵਾਲੇ ਤਿੰਨੋਂ ਹੀ ਠੀਕ ਨੇ, ਦੇਖੋ ਨਾ ਸੀ ਸੀ ਸੀ, ਅਤੇ ਇਸ ਲਈ ਇਹ ਤਿੰਨੋਂ ਹੀ ਠੀਕ ਨੇ। ਇੱਥੇ ਹੈਡਵਿੰਡ ਗਲਤ ਆ, ਉਸ ਤੋਂ ਇਲਾਵਾ ਜਿਹੜੇ ਨੇ ਦੋਨੋਂ ਠੀਕ ਨੇ, ਹੈਡਵਿੰਡ ਜਿਹੜਾ ਹੈ ਗਲਤ ਹੈ। ਇਹਦੇ ਵਿੱਚ ਸਿੱਧਾ ਸਿੱਧਾ 5 ਸਾਲ। ਇੱਥੇ ਜਿਹੜਾ ਲੋਅਰ ਟੂ ਸਮਾਲ ਜਿਹੜਾ ਵੇ, ਟੂ ਸਮਾਲ ਹੈ ਗਲਤ ਆ, ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਇਹ ਜਿਹੜਾ ਫਾਰ ਬਿਹਾਇੰਡ ਆ, ਮਤਲਬ ਕਿ ਇਨ ਫਰੰਟ ਜਾਂ ਫਾਰ ਬਿਹਾਇੰਡ ਜਿਹੜਾ ਲਫ਼ਜ਼ ਤੁਸੀਂ ਚ ਰੱਖ ਸਕਦੇ ਹੋ, ਗਲਤ ਆ, ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਰੇਡੀਓ, ਰੇਡੀਓ ਜਿੱਥੇ ਆਏਗਾ ਰੇਡੀਓ ਗਲਤ ਹੈ, ਉਸ ਤੋਂ ਇਲਾਵਾ ਜਿਹੜੇ ਨੇ ਦੋਨੋਂ ਉਹ ਠੀਕ ਨੇ। ਇੱਟ ਇੱਟ ਜਿੱਥੇ ਵੀ ਇਕੱਲਾ ਆਇਆ ਉੱਥੇ ਗਲਤ ਆਇਆ, ਤਾਂ ਇਸ ਲਈ ਉਸ ਤੋਂ ਇਲਾਵਾ ਜਿਹੜੇ ਦੋ ਨੇ ਉਹ ਠੀਕ ਨੇ। ਸਵਾਲ ਨੰਬਰ 621 ਦੇ ਵਿੱਚ 30, 20 ਅਤੇ 50 ਪੁੱਛਿਆ, ਸਿੱਧੇ ਸਿੱਧੇ 50 ਔਰ ਜਿਹੜੇ ਸਾਰਿਆਂ ਨਾਲੋਂ ਜ਼ਿਆਦਾ ਨੇ ਉਹ ਠੀਕ ਨੇ। ਹੁਣ ਇਹ ਵੀਡੀਓ ਮੈਂ ਸਕਿੱਪ ਕਰ ਰਿਹਾ, ਲੇਕਿਨ ਤੁਸੀਂ ਧਿਆਨ ਨਾਲ ਵੇਖਣੀ ਹੈ, ਅਤੇ ਇਹਦੇ ਵਿੱਚ ਦੇਖਿਆ ਹੋਣਾ ਟਰੱਕ ਦੇ ਅੱਗੇ ਇੱਕ ਬੰਦਾ ਨੇ ਕਰਿਆ ਸ਼ਾਇਦ, ਅਤੇ ਇਹਦੇ ਵਿੱਚ ਬਿਕੋਜ਼ ਸੰਬੰਧ ਜਿਹੜਾ ਵੇ ਨਾ ਠੀਕ ਹੈ, ਦੀ ਸੰਬੰਧ ਦੀ ਨਿਸ਼ਾਨੀ ਵਾਕਿੰਗ ਇਹ ਠੀਕ ਹੈ। ਇਹਦੇ ਵਿੱਚ ਹਾਈ ਸਪੀਡ ਆ, ਅਤੇ ਤਿੰਨੋਂ ਹੀ ਠੀਕ ਨੇ। ਬਰਫ਼ ਪਈ ਹੈ, ਤਿੰਨੋਂ ਹੀ ਠੀਕ ਨੇ। ਬਰਫ਼ ਵਾਲੇ ਸਵਾਲ ਇੱਕ ਆ, ਇੱਕ ਅੱਧਾ ਸੀ ਜਿਹ 'ਚ ਨਹੀਂ ਠੀਕ ਪਾ, ਉਹ ਤੁਹਾਨੂੰ ਦੱਸਿਆ ਸੀ, ਬਾਕੀ ਤਿੰਨੋਂ ਹੀ ਠੀਕ ਨੇ ਉਹ ਦੱਸੇ ਸਾਨੂੰ। ਅਤੇ ਐਸੇ ਸੀ ਐਸੈਲਰੇਟ ਗਲਤ ਆ, ਉਸ ਤੋਂ ਇਲਾਵਾ ਰਿਡਿਊਸ ਸਪੀਡ 'ਤੇ ਹੈ, ਦੋਨੋਂ ਠੀਕ ਨੇ। ਵਿੰਡ ਕਹਿੰਦੇ ਨੇ ਹਵਾ ਨੂੰ, ਇਹ ਵੀ ਠੀਕ ਹੈ, ਅਤੇ ਰਿਡਿਊਸ ਸਪੀਡ ਜਿਹੜੀ ਆ ਇਹ ਵੀ ਠੀਕ ਆ, ਰਿਡਿਊਸ ਹਰ ਜਗ੍ਹਾ 'ਤੇ ਠੀਕ ਆਇਆ। ਵੈਨ 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 ਤਿੰਨ ਵਾਰੀ ਆ ਗਿਆ ਵਾ, ਤਿੰਨੋਂ ਹੀ ਠੀਕ ਨੇ। ਹੁਣ ਅਸੀਂ ਇਹਦੀ ਨਿਸ਼ਾਨੀ ਰੱਖੀ ਹੈ ਜੀ, ਟਰੱਕ ਦੇ ਨਾਲ ਹੈ ਝੰਡਾ ਜਿਹਾ ਲੱਗਾ ਵਾ, ਅਤੇ ਝੰਡਿਆਂ ਦੇ ਨਾਲ ਟਰੱਕ ਆਇਆ, ਇਹਦੀ ਨਿਸ਼ਾਨੀ ਅਸੀਂ ਰੱਖੀ ਆ ਟਰੈਵਲਿੰਗ, ਟਰੈਵਲਿੰਗ ਜਿਹੜੀ ਆ
है ठीक नहीं, उस तो अलावा दोनों ठीक ने। ਇਹ ਚ ਜਿੱਥੇ ਦੋਨੋਂ ਲੈਣ ਟਰੱਕ ਟਰੱਕ ਆਇਆ ਦੋਨੋਂ ਠੀਕ ਨੇ। ਹੁਣ ਤਿੰਨੋਂ ਲਾਈਨਾਂ ਦੇ ਵਿੱਚ ਬਿਕੋਜ਼ ਆ ਅਤੇ ਤਿੰਨੋਂ ਠੀਕ ਨੇ। ਹੁਣ ਇਹ ਆਟੋਮਾਨ ਤੁਸੀਂ ਜਾ ਰਹੇ ਹੋ ਤਾਂ ਅੱਗਿਓਂ ਤਾਂ ਟ੍ਰੈਫਿਕ ਆ ਰਹੀ ਸਾਰੀ ਧੁੰਦ ਪਈ ਹੈ, ਜਿੱਥੇ ਫਿਰ ਆਨਕਮਿੰਗ ਟ੍ਰੈਫਿਕ ਹੁੰਦੀ ਜਿਹੜੀ ਅੱਗਿਓਂ ਟ੍ਰੈਫਿਕ ਆ ਰਹੀ ਹੋਵੇ ਅਤੇ ਉਹ ਗਲਤ ਆ ਫਿਰ। ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਇੱਥੇ ਲੌਂਗਰ ਗਲਤ ਆ, ਅਸੀਂ ਨੂੰ ਨਿਸ਼ਾਨੀ ਰੱਖੀ ਲੂੰਗਰ, ਲੂੰਗਰ ਜਿੱਦਾਂ ਕੇਲਿਆਂ ਦਾ ਹੁੰਦਾ ਤਾਂ ਜਨਮ ਵਿੱਚ ਲੂੰਗਰ ਕੇਲਿਆਂ ਦਾ ਲੱਭਦਾ ਨਹੀਂ ਹੈਗਾ, ਤਾਂ ਇਸ ਲਈ ਉਹ ਗਲਤ ਆ। ਇੱਥੇ ਅਸੀਂ ਨਿਸ਼ਾਨੀ ਰੱਖੀ ਜੀ ਟਰੀਜ਼, ਦਰੱਖਤ, ਇੱਥੇ ਸਫੈਦਾ ਨਹੀਂ ਨਜ਼ਰ ਆਉਂਦਾ ਤਾਂ ਇਸ ਵੀ ਇਹਨੂੰ ਰਹਿਣ ਹੀ ਦਿਓ, ਅਤੇ ਉਸ ਤੋਂ ਇਲਾਵਾ ਤੁਹਾਨੂੰ ਜਿਹੜੇ ਨੇ ਉਹ ਠੀਕ ਨੇ। ਹੁਣ ਵੀਡੀਓ ਤੁਸੀਂ ਸਾਡੀ ਨਾ ਵੇਖਣੀ ਹੈ ਲੇਕਿਨ ਮੈਂ ਸਕਿੱਪ ਕਰ ਰਿਹਾ। ਹੁਣ ਜੇ ਟਰੱਕ ਸਾਡੀ ਵਾਲੀ ਸਾਈਡ 'ਤੇ ਆ ਰਿਹਾ ਤਾਂ ਇਸ ਲਈ ਮੈਂ ਬ੍ਰੇਕ ਕਰਾਂਗਾ ਅਤੇ ਸਾਈਡ ਦਾ ਡਰਾਈਵ ਫਾਰ ਹੋ ਜਾਵਾਂਗਾ, ਸੱਜੀ ਸਾਈਡ 'ਤੇ ਰਿਮੇਨ ਨਹੀਂ ਰਵਾਂਗਾ, ਅਤੇ ਇਹ ਦੋ ਠੀਕ ਨੇ ਅਤੇ ਇਹ ਗਲਤ ਹੈ, ਰਿਮੇਨ ਗਲਤ ਹੈ। ਹੁਣ ਬਰਫ਼ ਪਈ ਹੋਈ ਹੈ ਲੇਕਿਨ ਵੀਡੀਓ ਹੈ ਅਤੇ ਇਹਦੇ 'ਚ ਹਰ ਸਾਰੀ ਵੀਡੀਓ 'ਚ ਤਿੰਨੋਂ ਨਹੀਂ ਠੀਕ ਹੁੰਦੇ, ਅਤੇ ਇਸ ਤੁਸੀਂ ਹੋਰ ਨਾ ਵੇਖਣੀ ਹੈ। ਇੱਥੋਂ ਇੱਕ ਗੱਡੀ ਨਿਕਲੇਗੀ, ਉਹਦਾ ਰੰਗ ਯਾਦ ਰੱਖਣਾ, ਅਤੇ ਇੱਥੋਂ ਮੇਰੇ ਖਿਆਲ ਨਾਲ ਸਬਸ ਕਾਰ ਨਿਕਲੀਏ ਅਤੇ ਅਸੀਂ ਗ੍ਰੀਨ ਕਾਰ ਲਾਉਂਦੇ ਹਾਂ ਅਤੇ ਉਹ ਠੀਕ ਹੈ। ਹਰ ਵਾਰੀ ਰੰਗ ਦਾ ਕਾਰ ਦਾ ਰੰਗ ਚੇਂਜ ਹੁੰਦਾ। ਹੁਣ ਇਹ ਵੀਡੀਓ ਮੈਂ ਸਕਿੱਪ ਕਰ ਰਿਹਾ ਕਿ ਤੁਸੀਂ ਦੇਖਣੀ ਤਸੱਲੀ ਦੇ ਨਾਲ। ਇੱਥੇ ਤੁਸੀਂ ਹੋਰ ਕੀਤਾ ਹੋਣਾ, ਇੱਕ ਟਰੱਕ ਆ ਰਿਹਾ ਹੋਣਾ ਅਤੇ ਅਸੀਂ ਇਸ ਲਈ ਟਰੱਕ ਲਾਉਣਾ, ਅਤੇ ਟਰੱਕ ਠੀਕ ਹੈ ਕਿਉਂ ਟਰੱਕ ਅੱਗਿਓਂ ਆ ਰਿਹਾ। ਇੱਥੇ ਲੈਵਲ ਕਰੋਸਿੰਗ ਨਹੀਂ ਠੀਕ ਹੈਗਾ, ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਇੱਥੇ ਜਿਹੜਾ ਸਟੇਅਰਿੰਗ ਬਿਕਮ ਹੈਵੀ, ਤੁਹਾਨੂੰ ਦੱਸਿਆ ਸਟੇਅਰਿੰਗ ਹੈਵੀ ਕਿਤੇ ਨਹੀਂ ਠੀਕ ਹੈਗਾ, ਉਹਨਾਂ ਗੱਡੀ ਨਹੀਂ ਚਲਾਉਣੀ ਸਟੇਅਰਿੰਗ ਹੈਵੀ ਹੋਏ ਤਾਂ, ਜੇ ਤੁਹਾਡੇ ਕੋਲ ਗੱਡੀ ਨਹੀਂ ਚੱਲੇਗੀ ਕੋਈ ਐਕਸੀਡੈਂਟ ਕਰੋਗੇ, ਅਤੇ ਇਸ ਲਈ ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਸ਼ੋਰਟ ਬ੍ਰੇਕਿੰਗ ਗਲਤ ਆ, ਸ਼ੋਰਟ ਬ੍ਰੇਕ ਨਹੀਂ ਮਾਰਨੀ, ਸ਼ਾਰਟ ਬ੍ਰੇਕਿੰਗ ਜਿਹੜਾ ਗਲਤ ਹੈ। ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਠੀਕ ਨੇ, ਸ਼ਾਰਟ ਬ੍ਰੇਕ ਨਹੀਂ ਮਾਰਨੀ, ਜਦੋਂ ਮਾਰਨੀ ਪੂਰੀ ਬ੍ਰੇਕ ਮਾਰਨੀ। ਇਹ ਬਿਕੋਜ਼ ਬਿਕੋਜ਼ ਵਾਲੇ ਤਿੰਨ ਨੇ ਲੇਕਿਨ ਸਾਨੂੰ ਕੋਈ ਨਿਸ਼ਾਨੀ ਅਸੀਂ ਇਹ ਰੱਖੀ ਹੋਈ ਹੈ ਕੁਇਕਲੀ ਦੀ, ਮੋਰ ਕੁਇਕਲੀ, ਅਤੇ ਮੋਰ ਜਿਹੜੇ ਨੇ ਸਾਨੂੰ ਜਰਮੀ ਚਾਹੀਦਾ ਕਿ ਵੇਖਣ ਨੂੰ ਲੱਭੇ, ਅਤੇ ਇਸ ਲਈ ਮੋਰ ਵਾਲਾ ਗਲਤ ਹੈ ਅਤੇ ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਹੁਣ ਦੋ ਯੈਸ ਵਾਲੇ ਅਤੇ ਇੱਕ ਨੋ ਵਾਲਾ, ਅਤੇ ਫਿਰ ਨੋ ਵਾਲੇ ਹੀ ਠੀਕ ਹੈ, ਬਾਕੀ ਦੋਨੋਂ ਯੈਸ ਵਾਲੇ ਗਲਤ ਨੇ। ਪਾਰਕਿੰਗ ਲਾਈਟਸ, ਡਰਾਈਵ ਕਰਦੇ ਤੁਹਾਨੂੰ ਪਾਰਕਿੰਗ ਲਾਈਟਾਂ ਦੀ ਲੋੜ ਨਹੀਂ ਹੈ ਤਾਂ ਇਸ ਲਈ ਇਹ ਗਲਤ ਹੈ, ਅਤੇ ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਇਹਦੇ ਵਿੱਚ ਸਵਿੱਚ ਵਾਲਾ ਗਲਤ ਹੈ, ਵਿੰਡ ਸਕਰੀਨ ਜਾਂ ਫਰੋਗ ਹੀ ਜਾਂ ਫਰੋਗ ਕਹਿ ਲਓ ਡੱਡੂ, ਠੀਕ ਹੈ, ਨਹੀਂ ਇਹ ਬਿਲਕੁਲ ਠੀਕ ਹੈ, ਇਹ ਗਲਤ ਹੈ, ਵੈਨ ਦਾ ਵਿੰਡ ਸਕਰੀਨ ਜਿਹੜਾ ਵਾ ਕਲੋਜ਼ਡ, ਇਹ ਗਲਤ ਹੈ, ਉਸ ਤੋਂ ਇਲਾਵਾ ਇਹ ਦੋਨੋਂ ਠੀਕ ਨੇ। ਮਿਸ ਜਜਮੈਂਟ ਇਨ ਤੁਹਾਨੂੰ ਪਹਿਲਾਂ ਦੱਸਿਆ ਜਿਹਨੂੰ ਮਸਜਿਦ ਪੜ੍ਹ ਲਓ, ਤਾਂ ਮਸਜਿਦ ਵਾਲੇ ਜਿੱਥੇ ਵੀ ਆਏ ਨੇ ਤਿੰਨੋਂ ਹੀ ਠੀਕ ਆਏ ਨੇ, ਅਤੇ ਇਹ ਤਿੰਨੋਂ ਹੀ ਠੀਕ ਨੇ। ਇਸ ਤਸਵੀਰ ਦੀ ਨਿਸ਼ਾਨੀ ਅਸੀਂ ਰੱਖੀ ਜੀ ਕਿ ਹਰ ਪਾਸੇ ਦਰੱਖਤ ਦਰੱਖਤ ਅਤੇ ਸਭ ਕਲੀਅਰ ਹੈ, ਅਤੇ ਇਸ ਲਈ ਇਹਦੇ ਤਿੰਨੋਂ ਹੀ ਠੀਕ ਨੇ। ਸਰਸਬਜ਼ਾ ਜਿਹੜਾ ਅੱਛਾ ਵਾ ਆਕਸੀਜਨ ਪੈਦਾ ਕਰਦਾ। ਇਹਦੇ ਵਿੱਚ ਜਿਹੜਾ ਵਾ ਕੰਟੀਨਿਊ ਵਾਲਾ ਗਲਤ ਅਤੇ ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਤੁਸੀਂ ਮੂਵੀ ਦੇਖਣੀ ਹੈ ਲੇਕਿਨ ਮੈਂ ਸਕਿੱਪ ਕਰ ਰਿਹਾ ਹਾਂ। ਇਹਦੇ ਵਿੱਚ ਵੇਟ ਤਾਂ ਕੰਟੀਨਿਊ ਠੀਕ ਹੈ ਲੇਕਿਨ ਸਵਿੱਚ ਟੂ ਲੈਫਟ ਜਿਹੜਾ ਵਾ ਗਲਤ ਹੈ, ਲੈਫਟ ਲੈਫਟ ਸਾਈਡ 'ਤੇ ਟਰੱਕ ਟਰੈਕਟਰ ਟਰੁੱਕਟਰ ਵੱਜੂਗਾ, ਐਕਸੀਡੈਂਟ ਹੋਏਗਾ, ਇਸ ਲਈ ਇਹ ਦੋਨੋਂ ਠੀਕ ਨੇ। ਇਹਦੇ ਵਰਗੇ ਦੋ ਤਿੰਨ ਸਵਾਲ ਨੇ, ਉਹਦੇ ਤਿੰਨੋਂ ਠੀਕ ਨੇ ਲੇਕਿਨ ਇਹਦੇ ਵਿੱਚ ਜਿਹੜਾ ਵਾ ਲੈਫਟ ਵਾਲਾ ਜਿਹੜਾ ਵਾ ਇਹ ਨਹੀਂ ਹੈਗਾ, ਇਸ ਇਲਾਵਾ ਦੋਨੋਂ ਠੀਕ ਨੇ, ਇਹ ਯਾਦ ਰੱਖਣਾ। ਇਹ ਡਰਾਈਵ ਟੂ ਦਾ ਲੈਫਟ ਇਹ ਗਲਤ ਆ, ਉਸ ਇਲਾਵਾ ਦੋਨੋਂ ਠੀਕ ਨੇ। ਇਹਦੇ ਵਿੱਚ ਰਿਡਿਊਸ ਸਪੀਡ ਜਿੱਥੇ ਵੀ ਆਇਆ ਵਾ ਉਹ ਠੀਕ ਆਇਆ, ਉਸ ਤੋਂ ਇਲਾਵਾ ਇਸ ਲਈ ਰਿਡਿਊਸ ਸਪੀਡ ਠੀਕ ਹੈ, ਬਾਕੀ ਸਾਰੇ ਗਲਤ ਆ। ਇੱਥੇ ਫੁੱਲ ਬੀਮ ਜਿੱਥੇ ਵੀ ਆਇਆ ਗਲਤ ਆਇਆ, ਇਸ ਲਈ ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਉਹ ਠੀਕ ਨੇ। ਇੱਥੇ ਫਿਰ ਆ ਗਿਆ ਫੁੱਲ ਬੀਮ, ਅਤੇ ਇਹ ਵੀ ਗਲਤ ਆ, ਅਤੇ ਇਹ ਵੀ ਗਲਤ ਆ, ਸਨ ਧੁੱਪ, ਇਸ ਲਈ ਇਹ ਜਿਹੜਾ ਵਾ ਵੱਡਾ ਸਵਾਲ ਠੀਕ, ਸਭ ਤੋਂ ਵੱਡਾ ਸਵਾਲ ਵੱਡਾ ਹੈ, ਠੀਕ ਹੈ। ਫੁੱਲ ਬੀਮ ਇੱਥੇ ਵੀ ਆ ਗਿਆ ਵਾ, ਅਤੇ ਇਹ ਵੀ ਗਲਤ ਆ, ਕਿਉਂਕਿ ਫੁੱਲ ਬੀਮ ਜਿੱਥੇ ਵੀ ਆਇਆ ਇਹ ਗਲਤ, ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਆ ਠੀਕ ਨੇ। ਜਿਹੜਾ ਵਾ ਟੂ ਲੇਟ, ਟੂ ਲੇਟ ਦੀ ਨਿਸ਼ਾਨੀ ਰੱਖੀ ਹੈ, ਟੂ ਲੇਟ
ਇੱਥੇ ਜਰਮਨੀ 'ਚ ਕੰਮਾਂ ਦੇ ਟਾਈਮ 'ਤੇ ਜਾਣਾ ਪੈਂਦਾ ਵਾ, ਇਸ ਲਈ ਲੇਟ ਤੋਂ ਹੀ ਨਹੀਂ ਨਾ ਸਕਦੇ, ਇਸ ਲਈ ਇਸ ਤੋਂ ਇਲਾਵਾ ਜਿਹੜੇ ਨੇ ਦੋਨੋਂ ਠੀਕ ਨੇ। ਇਹਦੇ ਵਿੱਚ ਮੇਨ ਬੀਮਸ ਅਤੇ ਹਾਈ ਬੀਮ ਇੱਕੋ ਸ਼ਾਇਆ ਵਾ, ਅਤੇ ਇਸ ਲਈ ਜਿਹੜਾ ਵਾ ਇਹ ਗਲਤ ਆ, ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਇਹ ਠੀਕ ਨੇ। ਫੁੱਲ ਬੀਮ, ਮੇਨ ਬੀਮ, ਹਾਈ ਬੀਮ ਜਿਹੜੀ ਇੱਕੋ ਚੀਜ਼ ਆ, ਇਸ ਲਈ ਇਹ ਗਲਤ ਆ ਜਿੱਥੇ ਵੀ ਆਏਗਾ। ਇਹ ਕੋਨਫਲਿਕਟ ਤੋਂ ਨਿਸ਼ਾਨੀ ਰੱਖੀ ਹੈ ਕਿ ਜਿੱਥੇ ਕੋਨਫਲਿਕਟ ਅਸੀਂ ਕੋਨ ਰੱਖੀ ਹੈ, ਕੋਨ ਮਤਲਬ ਕਿ ਆਈਸਕ੍ਰੀਮ, ਜਿੱਥੇ ਆਵੇ ਇਹਦੇ ਤਿੰਨੋਂ ਠੀਕ ਨੇ। ਅਸੀਂ ਇਹ ਰੱਖੀ ਦੀ ਨਿਸ਼ਾਨੀ ਕਿ ਯੂਅਰ ਲੂਜ਼ ਯੂਅਰ ਫੀਲ ਫੋਰ ਸਪੀਡ, ਲੂਜ਼ ਪਾਕਿਸਤਾਨ ਹਾਰ ਗਿਆ ਨਹੀਂ, ਦਾ ਫੀਲ ਜਿਹੜੀ ਰੱਖੀ ਅਸੀਂ ਨਿਸ਼ਾਨੀ ਕਿ ਫੀਲ ਜਿਹੜੀ ਆ ਇਹ ਗਲਤ ਆ, ਉਸ ਤੋਂ ਇਲਾਵਾ ਦੋਨੋਂ ਠੀਕ ਆ। ਫੀਲ ਕਿ ਤੁਸੀਂ ਜਿਹੜੀ ਮਹਿਸੂਸ ਕਰਦੇ ਹੋ, ਰਾਈਟ ਸਪੀਡ। ਇੰਪਰੂਵ ਇੰਪਰੂਵ ਜਿਹੜੇ ਆ ਗਲਤ ਆ, ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਠੀਕ ਨੇ, ਨਿਸ਼ਾਨੀ ਇੰਪਰੂਵ ਆ। ਹੁਣ ਇਹ ਤਿੰਨ ਵਹਿਣ ਵਾਲੇ ਆ ਗਏ ਨੇ, ਇਹ 'ਚ ਫਰਕ ਇੱਦਾਂ ਕਰਾਂਗੇ ਕਿ ਆ ਦੇਖੋ ਟਰੀਜ਼ ਪਿੱਛੇ ਜਿੱਥੇ ਟਰੇਜ ਆਇਆ ਤੁਹਾਨੂੰ ਦੱਸਿਆ ਸੀ ਗਲਤ ਆ, ਸਫੈਦੇ ਨਹੀਂ ਲੱਭਦੇ ਜਰਮਨੀ 'ਚ, ਅਤੇ ਇਸ ਲਈ ਇਹ ਤੋਂ ਠੀਕ ਨੇ ਅਤੇ ਉਹ ਗਲਤ ਹੈ। ਲਾਊਡ ਇੰਜਨ ਅਤੇ ਦੇਸੀ ਨੂੰ ਪੜ੍ਹਦੇ ਨੇ ਲੋਡ ਇੰਜਨ, ਅਤੇ ਇੰਜਨ 'ਤੇ ਲੋਡ ਚੰਗਾ ਨਹੀਂ ਹੁੰਦਾ ਕਿਉਂਕਿ ਇੰਜਨ 'ਤੇ ਜ਼ੋਰ ਬਹੁਤਾ ਮਾਰਦਾ, ਤੇਲ ਬਹੁਤਾ ਖਾਂਦਾ, ਇਸ ਲਈ ਉਹ ਨਹੀਂ ਠੀਕ, ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਹੁਣ ਇਸ ਤਸਵੀਰ ਦੇ ਵਿੱਚ ਉਹਨੇ ਕਿਹਾ ਜੀ ਇਹ ਦੇਖੋ ਡਰਾਈਵ ਸਲੋਲੀ ਦੋਨੋਂ ਠੀਕ ਹੈ, ਕਿਉਂਕਿ 30 ਦਾ ਸਟ੍ਰੈਸ ਹੈ ਅਤੇ ਸਲੋ ਹੀ ਡਰਾਈਵ ਕਰੋ, ਤੇਜ਼ ਚਲਾਉਣੀ ਨਹੀਂ ਗੱਡੀ। ਇੱਥੇ ਲੈਫਟ ਵਾਲਾ ਜਿਹੜਾ ਵਾ ਉਹ ਗਲਤ ਆ, ਉਸ ਤੋਂ ਇਲਾਵਾ ਦੋਨੋਂ ਠੀਕ ਆ। ਹੁਣ ਇਹ ਦੇਖੋ ਇੱਥੇ ਸਵਾਲ 'ਚ ਵੀ ਲੈਫਟ ਆ, ਇੱਥੇ ਵੀ ਲੈਫਟ ਆ, ਇਸ ਲਈ ਇਹ ਗਲਤ ਆ, ਉਸ ਤੋਂ ਇਲਾਵਾ ਦੋਨੋਂ ਠੀਕ ਨੇ। 661 ਇਹਦੀ ਨਿਸ਼ਾਨੀ ਹੈ ਵੀ ਜੀ ਕਿ ਇਹਦੇ 'ਚ ਰੈਪਿਡਲੀ ਗਲਤ, ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਉਹ ਠੀਕ ਨੇ। ਹੁਣ ਇਹ ਸਵਾਲ ਤੁਸੀਂ ਵੀਡੀਓ ਦੇਖ ਲਿਓ, ਮੈਂ ਸਕਿੱਪ ਕਰ ਰਿਹਾ ਵਾਂ। ਇਹਦੇ ਵਿੱਚ ਇਹ ਦੇਖੋ ਜੀ ਇੱਥੇ ਕੁੱਤਾ ਨਹੀਂ ਕਰ ਰਿਹਾ, ਇਸ ਲਈ ਕੁੱਤੇ ਨੂੰ ਜਾਨਵਰ ਹੈ, ਇਸ ਲਈ ਐਨੀਮਲ ਕਹਿੰਦੇ ਨੇ, ਅਤੇ ਐਨੀਮਲ ਹੈ, ਐਨੀਮਲ ਵਾਲਾ ਠੀਕ, ਉਸ ਤੋਂ ਇਲਾਵਾ ਦੋਨੋਂ ਗਲਤ ਨੇ। ਇੱਥੇ ਸਕੂਲ ਆ ਗਿਆ, ਸਕੂਲ ਦੀ ਤੁਹਾਨੂੰ ਨਿਸ਼ਾਨੀ ਦੱਸਿਆ ਜੀ, ਇੱਥੇ ਸਕੂਲ ਆ ਜਾਏਗਾ, ਉੱਥੇ ਸਾਰੇ ਠੀਕ ਨੇ। ਇੱਥੇ ਇਹ ਦੇਖੋ ਜੀ ਗੱਡੀ ਓਵਰਟੇਕ ਆ ਰਹੀ ਹੈ, ਮੈਂ ਆਲਰੇਡੀ ਹੱਲ ਕਰ ਦਿੱਤਾ ਹੈ, ਇਹ ਗੱਡੀ 'ਤੇ ਓਵਰਟੇਕ ਆ ਰਹੀ ਅਤੇ ਇਸ ਲਈ ਬਿਕੋਜ਼ ਆਫ ਦ ਵਹੀਕਲ ਓਵਰਟੇਕਿੰਗ, ਠੀਕ ਹੈ, ਬਾਕੀ ਦੋਨੋਂ ਗਲਤ ਨੇ। ਹੁਣ ਇੱਥੇ ਮੋੜ ਇਹ ਤਾਂ ਦੱਸਿਆ ਸੀਗਾ ਕਿ ਜਿੱਥੇ ਮੋੜ ਆਈ ਉੱਥੇ ਡਰਾਈਵ ਵਾਲਾ ਗਲਤ ਆ, ਲੇਕਿਨ ਉਸ ਤੋਂ ਇਲਾਵਾ ਜਿਹੜੇ ਨੇ ਤਿੰਨੋਂ ਠੀਕ ਨੇ। ਹੁਣ ਬਿਕੋਜ਼ ਆ ਗਿਆ ਤਿੰਨ ਵਾਰੀ, ਲੇਕਿਨ ਉਸ ਤੋਂ ਇਲਾਵਾ ਇੱਥੇ ਸੜਕੋਂ ਆ ਗਿਆ ਐਕਸੀਡੈਂਟ, ਅਤੇ ਐਕਸੀਡੈਂਟ ਜਿੱਥੇ ਵੀ ਆਇਆ ਉਹ ਤਿੰਨੋਂ ਠੀਕ ਨੇ, ਤੁਹਾਨੂੰ ਦੱਸਿਆ ਸੀ ਇਹ ਵੀ ਇੱਕ ਨਿਸ਼ਾਨੀ ਹੈ। ਦੋ ਵਾਰੀ ਯੈਸ ਹੈ, ਲੇਕਿਨ ਇਹਦੇ 'ਚ ਇੱਕ ਨੋ ਵਾਲਾ ਜਿਹੜਾ ਆਟੋਬਾਨ 'ਤੇ ਆ ਉਹ ਠੀਕ ਹੈ। ਲਾਈਨ ਲਾਈਨ ਆ ਜੇ ਉਹ ਵੀ ਗਲਤ ਹੁੰਦਾ, ਤਾਂ ਇਸ ਤੋਂ ਇਲਾਵਾ ਠੀਕ ਹੈ, ਦੋਨੋਂ ਜਿਹੜੇ ਸਵਾਲ ਠੀਕ ਨੇ, ਲਾਈਨ ਵਾਲਾ ਗਲਤ ਹੈ। ਲਾਈਨ ਪਿੱਛੇ ਤੁਹਾਨੂੰ ਦੱਸਿਆ ਪਿਛਲੇ ਸਵਾਲਾਂ 'ਚ ਵੀ ਜਿੱਥੇ ਆਇਆ ਗਲਤ ਹੋਇਆ। ਇਹ ਰਿਫਰੇਨ ਫਰੋਮ ਓਵਰਟੇਕਿੰਗ ਇੱਥੇ ਠੀਕ ਹੈ, ਬਾਕੀ ਦੋਨੋਂ ਗਲਤ ਨੇ, ਲੇਕਿਨ ਤੁਸੀਂ ਵੀਡੀਓ ਧਿਆਨ ਨਾਲ ਦੇਖਿਓ। ਇੱਥੇ ਹੁਣ ਜਿਹੜੀ ਤੁਹਾਡੇ ਅੱਗੇ ਗੱਡੀ ਜਾ ਰਹੀ ਉਹਦਾ ਰੰਗ ਦੇਖ ਕੇ ਜਿੱਥੇ ਸਮਾਲ ਹੋ ਰਿਹਾ, ਹੁਣ ਇੱਥੇ ਯੈਲੋ ਕਾਰ ਜਾ ਰਹੀ ਹੈ ਦੇਖੋ, ਅਤੇ ਇਸ ਲਈ ਯੈਲੋ ਕਾਰ ਵਾਲਾ ਗਲਤ ਹੈ, ਉਸ ਤੋਂ ਇਲਾਵਾ ਓਨਲੀ ਓਨਲੀ ਵਾਲੇ ਦੋਨੋਂ ਠੀਕ ਹੈ, ਅਤੇ ਗੱਡੀ ਚੇਂਜ ਵੀ ਹੋ ਸਕਦੀ, ਰੰਗ ਵੀ ਚੇਂਜ ਹੋ ਸਕਦਾ। ਇੱਥੇ ਮੈਂ ਆਲਰੇਡੀ ਹੱਲ ਕਰ ਚੁੱਕਿਆ ਵਾਂ, ਇੱਥੇ ਹੈ ਲਾਈਨ ਵਾਲਾ ਗਲਤ, ਉਸ ਤੋਂ ਇਲਾਵਾ ਦੋਨੋਂ ਠੀਕ, ਲਾਈਨ ਵਾਲਾ ਜਿੱਥੇ ਵੀ ਆਇਆ ਉੱਥੇ ਗਲਤ ਆਏ ਨੇ। ਇੱਥੇ ਰਿਡਿਊਸ ਸਪੀਡ ਹਮੇਸ਼ਾ ਹੀ ਠੀਕ ਆਉਂਦਾ, ਉਸ ਤੋਂ ਇਲਾਵਾ ਗਲਤ ਆਉਂਦੇ ਨੇ, ਅਤੇ ਇਸ ਲਈ ਅਸੀਂ ਰਿਡਿਊਸ ਮਾਈ ਸਪੀਡ ਠੀਕ ਆ। ਕਿਉਂਕਿ ਕਾਰ ਵਾਲਾ ਸਾਡੀ ਸਾਈਡ 'ਤੇ ਐਂਟਰ ਹੋ ਰਿਹਾ ਵਾ, ਅਤੇ ਸਾਨੂੰ ਇਸ ਤੋਂ ਖਤਰਾ ਵਾ, ਅਤੇ ਇਸ ਲਈ ਅਸੀਂ ਇਸ ਕਾਰ ਵਾਲੀ ਦੁਬਾਰੇ ਤੋਂ ਬ੍ਰੇਕ ਕਰਾਂਗੇ, ਅਤੇ ਇਸ ਦੀ ਕਾਰ ਵਾਲਾ ਠੀਕ ਹੈ। ਹੁਣ ਅਸੀਂ ਇਸ ਗੱਡੀ ਨੂੰ ਓਵਰਟੇਕ ਕਰਕੇ ਵਿੱਚ ਆਉਣਾ ਵਾ, ਜਿਹੜੀ ਹੈ ਗੱਡੀ ਦਾ ਰੰਗ ਵੇਖ ਲੈਣਾ ਰੈੱਡ, ਅਤੇ ਇਹ ਦੇਖੋ ਰੈੱਡ ਹੈ ਠੀਕ ਆ, ਉਸ ਤੋਂ ਇਲਾਵਾ ਦੋਨੋਂ ਗਲਤ ਨੇ। ਜਿਹੜੀ ਵੀ ਇੱਥੇ ਗੱਡੀ ਹੋਵੇ ਜਿਹੜੇ ਰੰਗ ਦੀ, ਉਹ ਗੱਡੀ ਵੇਖਣੀ ਵੀ ਅੱਗੇ ਹੋਵੇਗੀ। ਹੁਣ ਤੁਸੀਂ ਵੀਡੀਓ ਥੱਲੇ ਦੇਖਿਓ, ਮੈਂ ਸਕਿੱਪ ਕਰ ਰਿਹਾ। ਇਹ ਟਰੱਕ ਤੇਰੇ ਅੱਗੇ ਆ, ਤੁਹਾਡੇ ਜਿੱਥੇ ਅੱਗੇ ਆਏਗਾ ਪੀਲਾ ਟਰੱਕ, ਇਹ ਨਹੀਂ ਬਦਲੇਗਾ, ਅੱਗੇ ਰਹੇਗਾ। ਅਤੇ ਆਏ ਸੀਜ਼ ਲਫਜ਼ ਆ, ਲੇਕਿਨ ਅਸੀਂ ਦੇਸੀ ਅਲਫਾਜ਼ ਨੂੰ ਬਣਾਇਆ ਕੇਸ, ਅਤੇ ਕਿਉਂ ਟਰੱਕ ਤੁਹਾਡੇ ਅੱਗੇ ਗੱਡੀ ਨਹੀਂ ਸਹੀ ਚਲਾ ਰਿਹਾ, ਤਾਂ ਇਸ ਲਈ ਅਸੀਂ ਇਹਨੇ ਕੇਸ ਕਰ ਦੇਣਾ, ਅਤੇ ਗਲਤ ਹੈ, ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਸੋਰੀ, ਇਹ ਕੇਸ ਜਿਹੜਾ ਠੀਕ ਹੈ, ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਉਹ ਗਲਤ ਨੇ। ਨਜ਼ਰਾ ਉਲਟ ਕਰ ਲਿਓ।
ਗਲਤੀ ਨਾਲ ਮੈਂ ਉੱਧਰ ਬੋਲ ਗਿਆ। ਹੁਣ ਇਸਦੇ 'ਚ ਪੀਲਾ ਟਰੱਕ ਆਏਗਾ, ਲੇਕਿਨ ਇਹਦੇ ਵਿੱਚ ਫਰਕ ਹੈ, ਦੋ ਸਵਾਲਾਂ 'ਚ ਫਰਕ ਕਰਨਾ ਵਾ। ਕੁਇਕਲੀ ਠੀਕ ਆ, ਕੁਇਕਲੀ ਠੀਕ ਆ, ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਉਹ ਗਲਤ ਨੇ, ਕਿ ਮੈਂ ਛੇਤੀ ਨਾਲ ਉਹਨੂੰ ਵੱਡੇ ਕਰਕੇ ਦੇਖ ਕੇ ਆ ਜਾਵਾਂਗਾ। ਹੁਣ ਇਹ ਮੂਵੀ ਤੁਸੀਂ ਤਸੱਲੀ ਨਾਲ ਵੇਖਣੀ ਹਰ ਮੂਵੀ, ਲੇਕਿਨ ਮੈਂ ਇਹਨੂੰ ਸਕਿੱਪ ਕਰਦਾ ਜਾ ਰਿਹਾ। ਐਚ ਟੀ ਵਾਈਨ ਵੀ ਹਮੇਸ਼ਾ ਹੀ ਇੱਥੇ ਰਹੇਗੀ, ਠੀਕ ਹੈ, ਅਤੇ ਇਹਦਾ ਜਿਹੜੀ ਹੈ ਨਿਸ਼ਾਨੀ ਹੈ ਵਾ ਕਿ ਲੇਨ ਜਿਹੜੀ ਆ ਠੀਕ ਆ, ਇੱਥੇ ਵੈਨ ਵੀ ਲਿਖਿਆ ਵੈਸੇ, ਹਾਂ ਵੈਨ ਲਿਖਿਆ, ਇਹ ਠੀਕ ਆ, ਉਸ ਤੋਂ ਇਲਾਵਾ ਦੋਨੋਂ ਗਲਤ ਨੇ। ਹੁਣ ਇਹਦੇ ਵਿੱਚ ਸੋਰੀ ਮੈਂ ਪਿਛਲੇ ਸਵਾਲ 'ਤੇ ਆ ਗਿਆ। ਇਹਦੇ ਵਿੱਚ ਤੁਸੀਂ ਹੋਰ ਨਾ ਵੇਖੋ ਅਤੇ ਇਹ ਗੱਡੀਆਂ ਓਵਰਟੇਕ ਕਰ ਰਹੀਆਂ ਨੇ, ਸ਼ਾਇਦ ਤੁਹਾਨੂੰ ਨਜ਼ਰ ਆਏ ਵੀਡੀਓ 'ਤੇ, ਸਾਡੀ ਨਾ ਵੇਖਣੀ ਹੈ ਅਤੇ ਇਹਦੇ ਵਿੱਚ ਅਸੀਂ ਓਵਰਟੇਕਿੰਗ ਕਾਰ ਜਿਹੜੀਆਂ ਨੇ ਇਹ ਠੀਕ ਹੈ। ਹੁਣ ਇਹਦੇ ਵਿੱਚ ਤੁਸੀਂ ਦੇਖ ਲਓ, ਤੁਹਾਨੂੰ ਗੱਡੀ ਓਵਰਟੇਕ ਆ ਰਹੀ, ਪਿੱਛੇ ਵੀ ਗੱਡੀ ਆ ਰਹੀ, ਅੱਗੇ ਵੀ ਗੱਡੀਆਂ ਆ ਰਹੀਆਂ ਨੇ, ਇਸ ਲਈ ਤੁਸੀਂ ਸਲੋ ਹੋ ਜਾਣਾ ਵਾ ਤਾਂ ਕਿ ਗੱਡੀ ਅੰਦਰ ਆ ਜਾਏ, ਅਗਰ ਤੁਸੀਂ ਸਪੀਡ ਨਾਲ ਚਲਾਉਂਦੇ ਰਹੇ ਅਤੇ ਨਹੀਂ ਉਹ ਅੰਦਰ ਨਹੀਂ ਆ ਸਕੀ, ਅਤੇ ਥੋੜ੍ਹਾ ਜਿਹਾ ਸੱਜੇ ਹੱਥ ਆਪਣੀ ਗੱਡੀ ਕਰ ਲੈਣੀ ਤਾਂ ਕਿ ਉਹ ਆਸਾਨੀ ਨਾਲ ਅੰਦਰ ਆ ਜਾਏ ਅਤੇ ਅਗਲੀ ਗੱਡੀ ਨੂੰ ਉਹਦਾ ਐਕਸੀਡੈਂਟ ਨਾ ਹੋਵੇ, ਅਤੇ ਇਹਦੀ ਇਹ ਨਿਸ਼ਾਨੀ ਆ ਜਾਂ ਸੈਲਰੇਟ ਜਿਹੜਾ ਗਲਤ ਆ। ਹੁਣ ਨੀਲਾ ਟਰੱਕ ਹੈ ਮੋੜ ਰਿਹਾ, ਉੱਤੋਂ ਮੋਟਰਸਾਈਕਲ ਨੂੰ ਓਵਰਟੇਕ ਕਰ ਰਿਹਾ, ਅਤੇ ਇਹਦੇ ਵਿੱਚ ਆਇਰ ਫਰੇਨ ਜਿਹੜਾ ਵਾ ਠੀਕ ਹੋਏਗਾ, ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਉਹ ਗਲਤ ਹੋਏਗਾ। ਕਰਦਾ ਵਾ ਲੇਕਿਨ ਤੁਸੀਂ ਤਸੱਲੀ ਨਾ ਵੇਖਿਓ। ਇਹਦੇ ਵਿੱਚ ਉਹਨੇ ਪੁੱਛਿਆ ਕਿ ਤੁਸੀਂ ਓਵਰਟੇਕਿੰਗ ਮੈਨੂਵਰ ਕਿਉਂ ਅਵੋਇਡ ਕਰਨਾ, ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਇਸ਼ਾਰਾ ਲਾਇਆ ਟਰੈਕਟਰ ਨੇ, ਅਤੇ ਇਸ ਲਈ ਕਿਉਂਕਿ ਇਹਦਾ ਜਵਾਬ ਹੈਗਾ ਨੋ ਓਵਰਟੇਕਿੰਗ ਜ਼ੋਨ ਇਜ਼ ਵਿਜ਼ੀਬਲ ਅਹੈਡ, ਇਕੱਲਾ ਗਲਤ ਆ, ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਉਹ ਠੀਕ ਨੇ, ਜ਼ੋਨੇ ਦੀ ਨਿਸ਼ਾਨੀ ਹੈ, ਕਿਉਂਕਿ ਟਰੈਕਟਰ ਦਾ ਹੀ ਮੁੜਨਾ ਉਹ ਵੀ ਤੁਹਾਨੂੰ ਤੰਗ ਕਰ ਸਕਦਾ, ਅੱਗੇ ਵੀ ਗੱਡੀਆਂ ਆ ਸਕਦੀਆਂ ਨੇ। ਹੁਣ ਇਸ ਕੁਸ਼ਚਨ ਪੁੱਛਿਆ ਕਿ ਤੁਹਾਨੂੰ ਇੱਥੇ ਕੀ ਕਰਨਾ ਚਾਹੀਦਾ ਵਾ, ਇਹਦੇ ਟਰੈਕਟਰ ਨੇ ਇਸ਼ਾਰਾ ਲਾਇਆ ਹੋਇਆ ਅਤੇ ਇਸ ਲਈ ਮੈਂ ਓਵਰਟੇਕ ਨਹੀਂ ਕਰਾਂਗਾ। ਡੋ ਨਾਟ ਸਿੱਧਾ ਤੁਸੀਂ ਤਸਵੀਰ ਹੋਰ ਨਾ ਵੇਖਣੀ। ਹੁਣ ਇਹਦੇ ਵਿੱਚ ਵੀ ਉਹਨੇ ਪੁੱਛਿਆ ਕੀ ਹੈ, ਅਤੇ ਮੈਂ ਇੱਥੇ ਡੋ ਨਾਟ ਕਰਾਂਗਾ ਕਿਉਂਕਿ ਮੈਨੂੰ ਅੱਗੇ ਰੋਡ ਨਹੀਂ ਕਲੀਅਰ, ਲਿਖਾਈ ਹੈ ਚੜ੍ਹਾਈ ਹੈ ਜੋ ਵੀ ਹੈ, ਮੈਨੂੰ ਨਹੀਂ ਪਤਾ ਕੀ ਹਿਸਾਬ ਕਿਤਾਬ ਰੋਡ ਦਾ, ਇਸ ਲਈ ਇਹ ਠੀਕ ਨੇ। ਉਸ ਤੋਂ ਇਲਾਵਾ ਇਹ ਗੱਡੀ ਹੈ, ਅਤੇ ਮੈਂ ਇੱਥੇ ਕੰਟੀਨਿਊ ਨਹੀਂ ਕਰਾਂਗਾ ਕਿਉਂਕਿ ਗੱਡੀ ਓਵਰਟੇਕ ਕਰੀ, ਅਤੇ ਮੈਂ ਬ੍ਰੇਕ ਕਰਾਂਗਾ ਅਤੇ ਥੋੜ੍ਹਾ ਸੱਜੀ ਸਾਈਡ 'ਤੇ ਕਰ ਲਾਂਗਾ, ਰਾਈਟ ਸਾਈਡ 'ਤੇ ਆਪਣੇ, ਤਾਂ ਕਿ ਜਿਹੜੀ ਗੱਡੀ ਓਵਰਟੇਕ ਕਰੀ ਆਰਾਮ ਨਾਲ ਇਸਲਈ ਜਾ ਸਕੇ। ਇਹਦੀ ਕੰਟੀਨਿਊ ਜਿਹੜੀ ਹੈ ਨਿਸ਼ਾਨੀ ਕਿ ਹੈ ਗਲਤ ਹੈ। ਇਹਦੇ ਵਿੱਚ ਔਨ ਕਮਿੰਗ ਗਲਤ ਹੈ ਕਿਉਂਕਿ ਤੁਸੀਂ ਆਟੋਮਾਨ ਲੱਥਦੇ, ਆਟੋਮਾਨ ਦੇ ਉੱਤੇ ਤੁਹਾਡੇ ਅੱਗੇ ਤੋਂ ਡਰਾਈਵਰ ਆ ਨਹੀਂ ਸਕਦੀ ਗੱਡੀ, ਤਾਂ ਇਸ ਲਈ ਔਨ ਕਮਿੰਗ ਗਲਤ ਹੈ, ਉਸ ਤੋਂ ਇਲਾਵਾ ਜਿਹੜੇ ਦੂਸਰੇ ਦੋਨੋਂ ਨੇ ਇਹ ਠੀਕ ਨੇ। ਇਹਦੇ ਸਿਰਫ ਬ੍ਰੇਕ ਜਿਹੜਾ ਠੀਕ ਹੈ, ਉਸ ਤੋਂ ਇਲਾਵਾ ਦੋਨੋਂ ਜਿਹੜੇ ਨੇ ਉਹ ਗਲਤ ਨੇ, ਕਿ ਮੈਂ ਬ੍ਰੇਕ ਕਰਾਂਗਾ ਅਤੇ ਗੱਡੀ ਨੂੰ ਰਾਹ ਦਿਆਂਗਾ ਕਿ ਅੰਦਰ ਆਏ, ਸਿਰਫ ਬ੍ਰੇਕ ਵਾਲਾ ਠੀਕ ਹੈ ਦੀ ਨਿਸ਼ਾਨੀ ਹੈ। ਇਹਦੇ ਵਿੱਚ ਵੈਨ ਵਾਲਾ ਨਿਸ਼ਾਨੀ ਗਲਤ, ਇਸ ਤੋਂ ਇਲਾਵਾ ਲਾਊਟ ਵਾਚ ਜਿਹੜੀ ਹੈ ਇਹ ਦੋਨੋਂ ਠੀਕ ਨੇ, ਵਾਚ ਘੜੀ ਨੂੰ ਵੀ ਕਹਿੰਦੇ ਨੇ ਜਿਹਨ 'ਚ ਰੱਖੋ ਅਲਾਓ ਵਾਚ। ਇਹਦੇ ਵਿੱਚ ਆ ਸਾਊਂਡ ਮਾਈ ਹਾਰਨ ਜਿਹੜਾ ਗਲਤ ਆ ਇਹਦੀ ਨਿਸ਼ਾਨੀ, ਲੇਕਿਨ ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਉਹ ਠੀਕ ਨੇ। ਸਵਾਲ ਮੈਂ ਸਕਿੱਪ ਕਰ ਰਿਹਾ ਵੀਡੀਓ, ਤੁਸੀਂ ਜਿਹੜਾ ਗੌਰ ਨਾਲ ਵੇਖਿਓ। ਹੁਣ ਬਿਕੋਜ਼ ਤਿੰਨ ਵਾਰੀ ਆ ਗਿਆ ਸੀ, ਕਨਫਿਊਜ਼ ਹੋ ਜਾਂਦੇ ਹਾਂ ਕਿ ਕਿਹੜੀ ਨਿਸ਼ਾਨੀ ਰੱਖੀਏ, ਅਤੇ ਅਸੀਂ ਨਿਸ਼ਾਨੀ ਰੱਖੀਏ ਕਿ ਅਦਰਵਾਈਜ਼ ਗਲਤ ਆ, ਉਸ ਤੋਂ ਇਲਾਵਾ ਦੋਨੋਂ ਠੀਕ ਨੇ। ਹੁਣ ਇਸ ਤਰ੍ਹਾਂ ਹੀ ਅੱਗੇ ਵੀ ਸਵਾਲ ਆਉਣਗੇ ਉਹਦੇ, ਬਿਕੋਜ਼ ਤਿੰਨ ਵਾਰੀ, ਲੇਕਿਨ ਉਹ ਜੀ ਤੁਹਾਨੂੰ ਨਿਸ਼ਾਨੀ ਦੱਸਾਂਗੇ। ਇਹ ਮੈਂ ਮੂਵੀ ਸਕਿੱਪ ਕਰ ਰਿਹਾ ਵਾਂ, ਅਤੇ ਜਿੱਦਾਂ ਮੈਂ ਖਰਚ ਲੱਗ ਗਿਆ, ਇੱਥੇ ਕੰਟੀਨਿਊ ਬ੍ਰੇਕਿੰਗ ਠੀਕ ਆ, ਉਸ ਇਲਾਵਾ ਦੋਨੋਂ ਗਲਤ ਆ ਕਿਉਂਕਿ ਸਾਈਕਲ ਵਾਲੇ ਸੀ ਵੀਡੀਓ ਦੇਖਿਆ ਲੱਤ ਨੇ ਅਤੇ ਐਕਸੀਡੈਂਟ ਹੋ ਜਾਏਗਾ, ਅਤੇ ਮੈਂ ਬ੍ਰੇਕ ਲਾਉਂਦਾ ਰਹਾਂਗਾ ਤਾਂ ਕਿ ਉਹਦੇ 'ਚ ਨਾ ਵੱਜਾਂ। ਇਹਦੇ ਵਿੱਚ ਕੰਟੀਨਿਊ ਮੂਵ ਜਿਹੜਾ ਵਾ ਗਲਤ ਆ, ਇਸ ਲਈ ਅਸੀਂ ਉਹਨੂੰ ਨਹੀਂ ਲਾਵਾਂਗੇ, ਉਸ ਤੋਂ ਇਲਾਵਾ ਦੋਨੋਂ ਠੀਕ ਨੇ, ਕਿ ਮੈਂ ਬ੍ਰੇਕ ਕਰਾਂਗਾ ਤਾਂ ਆਪਣੀ ਗੱਡੀ ਸੱਜੇ ਸਾਈਡ 'ਤੇ ਲਾਵਾਂ ਕਿਉਂਕਿ ਅੱਗੇ ਆ ਗਲਤ ਗੱਡੀ ਆ ਰਹੀ ਗਲਤ ਸਾਈਡ ਤੋਂ। ਜਿਹਦੇ ਵਿੱਚ ਸਡਨ ਹੈਡਵਿੰਡ ਜਿਹੜਾ ਗਲਤ, ਹੈਡਵਿੰਡ ਪਿੱਛੇ ਵੀ ਇੱਕ ਦੂਜਾ ਗਲਤ ਆਇਆ, ਸਡਨ ਵੀ ਅਸੀਂ ਸੋਤਨ ਪੜਿਆ ਸੀ ਇਹ ਗਲਤ ਆਇਆ ਵਾ, ਹਾਂ ਜਾਂ ਸੁਡਾਨ ਪੜ ਸਕਦੇ, ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਉਹ ਠੀਕ ਨੇ। ਇਹਦੇ ਵਿੱਚ ਕੀਪਿੰਗ ਗਲਤ ਹੈ ਕਿਉਂਕਿ ਕੀਪਰ, ਤੁਹਾਨੂੰ ਕੀਪਿੰਗ ਤੋਂ ਕੀਪਰ ਯਾਦ ਕਰਿਆ ਸੀ ਕਿ ਵਿਕਟ ਕੀਪਰ, ਅਤੇ ਉਹ ਕੈਚ ਬੜੇ ਛੱਡਦਾ ਅਤੇ ਉਹ ਗਲਤ, ਇਸ ਲਈ ਇੱਥੇ ਵੀ ਗਲਤ, ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਉਹ ਠੀਕ ਨੇ।
ਇੱਥੇ ਜਿਹੜਾ ਪ੍ਰੋਸੀਡ ਗਲਤ ਆ, ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਠੀਕ ਨੇ। ਪ੍ਰੋਸੀਡ ਜੇ ਪਿੱਛੇ ਵੀ ਇੱਕ ਦੂਜੀ ਜਗ੍ਹਾ 'ਤੇ ਆ, ਤੁਹਾਨੂੰ ਦੱਸਿਆ ਗਿਆ ਗਲਤ ਹੈ ਅਤੇ ਗਲਤ ਹੀ ਹੈ। ਇੱਥੇ ਇਮੀਡੀਏਟਲੀ ਗਲਤ ਆ, ਪਿੱਛੇ ਵੀ ਕਈ ਜਗ੍ਹਾ 'ਤੇ ਇਮੀਡੀਏਟਲੀ ਗਲਤ ਆ, ਯਾਦ ਆ ਇਸ ਲਈ ਇੱਥੇ ਵੀ ਗਲਤ ਆ, ਅਤੇ ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਉਹ ਠੀਕ ਨੇ। ਉਸ ਤੋਂ ਇਲਾਵਾ ਇੱਥੇ ਦਾ ਜਿੱਥੇ 25 ਤੋਂ 100 ਹੈ, 25 ਯੂਰੋ ਤੋਂ 100 ਯੂਰੋ ਦਿਹਾੜੀ ਤੁਹਾਨੂੰ ਲੱਭੇ ਉਹ ਠੀਕ, ਉਸ ਤੋਂ ਇਲਾਵਾ ਕੰਮ ਖਰਾਬ ਹੈ, 5 ਯੂਰੋ ਥੱਲੇ ਦਿਹਾੜੀ ਨਹੀਂ ਲੈਣੀ। ਇੱਥੇ 50 ਯੂਰੋ ਦਿਹਾੜੀ ਜਿਹੜੀ ਕਹਿੰਦੇ ਨੇ ਮਿਲ ਜਾਂਦੀ ਹੈ, ਐਸ ਐਨ 'ਚ ਪਤਾ ਨਹੀਂ ਮਿਲਦੀ ਕਿ ਨਹੀਂ ਮਿਲਦੀ, ਪਰ ਇੱਥੇ ਮਿਲ ਰਹੀ ਅਤੇ ਸਿਰਫ 50 ਮੀਟਰ ਵਾਲੀ ਨਿਸ਼ਾਨੀ ਠੀਕ ਹੈ। ਮੈਂ ਵੀਡੀਓ ਸਕਿੱਪ ਕਰ ਦਿੰਦਾ ਵਾਂ, ਲੇਕਿਨ ਤੁਸੀਂ ਆਰਾਮ ਨਾਲ ਤਸੱਲੀ ਨਾਲ ਵੇਖ ਕੇ ਕਰਿਓ। ਇਹਦੇ ਵਿੱਚ ਅਸੀਂ ਨਿਸ਼ਾਨੀ ਰੱਖੀ ਹੈ ਕਿ ਬਿਕੋਜ਼ ਮੂਵਿੰਗ ਜਿਹੜਾ ਵਾ ਠੀਕ ਹੈ, ਉਸ ਤੋਂ ਇਲਾਵਾ ਜਿਹੜੇ ਦੋਨੋਂ ਠੀਕ ਨੇ ਗਲਤ ਨੇ, ਕਿਉਂਕਿ ਤਿੰਨ ਜਗ੍ਹਾ ਬਿਕੋਜ਼ ਹੈ, ਬੰਦਾ ਕਨਫਿਊਜ਼ ਹੈ, ਇਸ ਲਈ ਅਸੀਂ ਆਖਰ ਜਿੱਤੀ ਨਿਸ਼ਾਨੀ ਰੱਖੀ ਕਿ ਬਿਕੋਜ਼ ਮੂਵਿੰਗ ਜਿਹੜਾ ਵਾ ਇਹ ਠੀਕ ਹੈ, ਇਸ ਤੋਂ ਇਲਾਵਾ ਗਲਤ ਹੈ। ਸਕਿੱਪ ਕਰ ਇਹ ਚੀਜ਼ ਦੇਖੋ, 3 ਵਾਰੀ ਬਿਕੋਜ਼ ਆ ਗਿਆ, ਅਤੇ ਇਸ ਲਈ ਇਹਦੀ ਆਖਰ ਚੀਜ਼ ਰੱਖੀ ਨਿਸ਼ਾਨੀ ਰੋਡ ਯੂਜ਼ਰ, ਇਹ ਠੀਕ ਹੈ, ਉਸ ਤੋਂ ਇਲਾਵਾ ਜਿਹੜੇ ਦੋਨੋਂ ਨੇ ਉਹ ਗਲਤ ਨੇ, ਅਤੇ ਇਸ ਲਈ ਮੈਂ ਉਹ ਸਟਿੱਕ ਕਰਤਾ, ਬਾਕੀ ਦੋਨੋਂ ਨਹੀਂ, ਅਤੇ ਉਹ ਬਿਲਕੁਲ ਠੀਕ ਹੈ। ਸਵਾਲ ਨੰਬਰ 700 ਮੈਂ ਸਕਿੱਪ ਕਰ ਰਿਹਾ ਵੀਡੀਓ। ਹੁਣ ਇਹਦੇ ਵਿੱਚ ਆਈ ਕੰਟੀਨਿਊ ਜਿਹੜਾ ਗਲਤ ਆ, ਆਈ ਸਲੋ ਡਾਊਨ ਜਿਹੜਾ ਉਹ ਠੀਕ ਹੈ, ਕਿ ਹੁਣ ਮੈਂ ਗੱਡੀ ਆਪਣੀ ਆਸ ਤੱਕ ਕਰ ਲਿਆ, ਕਿਉਂਕਿ ਇਸ ਗੱਡੀ ਨੇ ਦੇਖੋ ਬਲਿੰਕ ਵਾਲਿਆਂ ਨੇ ਅੰਦਰ ਆਉਣਾ, ਮੈਨੂੰ ਰਾਹ ਦਿਆਂਗਾ, ਕਿਉਂਕਿ ਪਰਲੀ ਗੱਡੀ ਪਰਲੀ ਸੜਕ ਬੰਦ ਹੋ ਰਹੀ ਹੈ, ਇਸ ਲਈ ਇਹ ਠੀਕ ਹੈ। ਚੈੱਕ ਕਰਦੇ ਹਾਂ ਜੀ, ਇਹ ਬਿਲਕੁਲ ਠੀਕ ਹੈ।